रायगढ़ फरवाही कट्टू उपली ए पिंड दे बच्चे ने बस दे विच जे कोई हादसा हो जांदा जी ते जिम्मेवार कोई कौन हुंदा जी स्कूल मैनेजमेंट हुंदी तुसी हुंदे जां तुहाडा जिहड़ा सुपरवाइजर आ ट्रांसपोर्ट दा हुंदा जां ड्राइवर हुंदा जी ਇਹ ਨਾ ਸਾਡੀ ਟ੍ਰਾਂਸਪੋਰਟ ਜਿਹੜੀ ਸਾਡੀ ਪ੍ਰਾਈਵੇਟ ਹੈ ਇਹ ਹਾਂਜੀ ਜਿਹਦੀ ਜਿਹਦੀ ਬੱਸ ਹੈ ਉਹਨੂੰ ਕਹਤਾ ਜਿਹੜਾ ਬੱਸ ਦਾ ਮਾਲਕ ਹੈ ਉਹਦੇ ਮਸਾ ਕਿੰਨੀ ਉਂਝ ਵੀ ਹੈਗੀਆਂ ਹੋਰ ਸਕੂਲਾਂ 'ਚ ਵੀ ਚੱਲਦੀਆਂ ਇਹਦੀਆਂ ਬੱਸਾਂ ਹਾਂਜੀ ਸਵਾਲ ਇਹੀ ਆ ਜੇ ਹਾਦਸਾ ਹੋ ਜਾਂਦਾ ਜ਼ਿੰਮੇਵਾਰ ਮੈਨੇਜਮੈਂਟ ਹੁੰਦੀ ਤੁਸੀਂ ਹੁੰਦੇ ਜਾਂ ਕੌਣ ਹੁੰਦਾ ਜੀ ਤੁਹਾਡੇ ਸਕੂਲ ਦੀ ਪਹਿਲੀ ਘਟਨਾ ਨਹੀਂ ਹੈਗੀ ਇਹ ਇੱਕ ਵਾਰੀ ਕਚਹਿਰੀ ਸਾਹਿਬ ਦੇ ਕੋਲ ਐਕਸੀਡੈਂਟ ਵੀ ਹੋਇਆ ਸੀਗਾ ਤੁਹਾਡੀ ਹੀ ਬੱਸ ਸੀ ਇੱਕ ਵਾਰ ਭਨੌਲੇ ਜਿੱਥੇ ਨਾਲਾ ਆਇਆ ਸੀ ਬੱਸ ਦੇ ਬ੍ਰੇਕ ਫੇਲ ਹੋ ਗਏ ਸੀਗੇ जी बरनाले का स्कूल है बाई एस पब्लिक स्कूल हंडाया बरनाला जिदा नंबर है आ गड्डी है ड्राइवर कित्थे है बाई केड़ा केड़ा पिंड है बाई तेरा ਕਿਹੜਾ ਪਿੰਡ ਆ ਬਾਈ ਤੇਰਾ ਹਾਂ ਹਾਂ ਇਹਦੀ ਬਣਾਉਣਾ ਬਾਈ ਤੂੰ ਇਹਦੇ ਕੋਲੇ ਖੜਾ ਤੂੰ ਬੋਲ ਮੈਨੂੰ ਬੋਲਣਾ ਨਹੀਂ ਨਾ ਨਾ ਮੈਂ ਬੋਲੀਆਂ ਦਾ ਕੋਈ ਚੱਕਰ ਨਹੀਂ ਬਾਈ ਆ ਡਰਾਈਵਰ ਹੈ ਮੈਂ ਧਰੌਲੇਵਾਲ ਤੋਂ ਆ ਰਿਹਾ ਸੀਗਾ ਫਰਵਾਹੀ ਵਾਲੀ ਸੜਕ ਤੋਂ ਮੇਨ ਰੋਡ ਤੇ ਆ ਗੱਡੀ ਚੜੀ ਹੈ ਡਰਾਈਵਰ ਨੇ ਇਸ ਹਿਸਾਬ ਤੇ ਗਲਤ ਗੱਡੀ ਰੋਡ ਕ੍ਰਾਸਿੰਗ ਕਰੀ ਮੈਂ ਉੱਥੋਂ ਹੀ ਦੇਖਿਆ ਵੀ ਆ ਡਰਾਈਵਰ ਨੇ ਕਿਵੇਂ ਉਹ ਕਰੀ ਉਸ ਤੋਂ ਬਾਅਦ ਚ ਦੁਬਾਰੇ ਫੇਰ ਦੇਖਿਆ ਤਾਂ ਬਾਈ ਬਹੁਤ ਗਲਤ ਡਰਾਈਵਿੰਗ ਦੀ ਪਤਾ ਨਹੀਂ ਇਹਨੇ ਸੁੱਕਾ ਨਸ਼ਾ ਕੀ ਖਾਦਾ ਜਾਂ ਕੋਈ ਕੀ ਉਹ ਕਰਿਆ ਹੈ ਉਲਟਾ ਕਹਿ ਰਿਹਾ ਮੈਂ ਰਾਤ ਦੀ ਦਾਰੂ ਪੀਤੇ ਰੱਜਿਆ ਹੋਇਆ ਹੋਰ ਰਸ ਕੀ ਹੈ ਇਹਦਾ ਬਾਅਦ ਚ ਪਤਾ ਲੱਗੂ ਹੁਣ ਜੋ ਮਰ ਪਤਾ ਲੱਗੂ ਦਾਰੂ ਪੀਤੇ ਹੋਇਆ ਅਸੀਂ ਤਾਂ ਤੇਰੇ ਨੂੰ ਮਰਜ਼ੀ ਕਰਨਾ ਕਰ ਲੈ ਅਸੀਂ ਵੀਰ ਜੀ ਫਿਰ ਵੀ ਇਹ ਬੰਦੇ ਨਾਲ ਇਨਸਾਨੀਅਤ ਕੀਤੀ ਆ ਮੈਂ ਆਪ ਦਾ ਗੈਸ ਟੈਂਕਰ ਸਾਈਡ ਤੇ ਖੜਾ ਕਰਕੇ ਉਹ ਖੜਾ ਬਾਈ ਦਾ ਉਧਰ ਇਹਦੀ ਗੱਡੀ ਬੰਦੇ ਦੀ ਧੱਕਾ ਲਾ ਕੇ ਸ਼ਹਿਰ ਸਾਈਡ ਤੇ ਕੀਤੀ ਆ ਫਿਰ ਵੀ ਆਪ ਮੰਤ ਭਾਗੇ ਸ਼ਬਦ ਬੋਲ ਰਿਹਾ ਤੁਹਾਨੂੰ ਮਾੜਾ ਬੋਲ ਲਿਆ ਨਿੱਕੀਆਂ ਨਿੱਕੀਆਂ ਮਸੂਮ ਜਿੰਦਾ ਇਹਦੇ ਵਿੱਚ ਵੇਖੋ ਆ ਬੱਸ ਦੇ ਵਿੱਚ ਵੇਖੋ ਵਿੱਚ ਵੀਡੀਓ ਬਣਾ ਮੜੀ ਵਿੱਚ ਹਾਂ ਹਾਂ ਆਈ ਜਾਂਦੀ ਹੈ ਨਿੱਕੇ ਬੱਚੇ ਕਿੰਨੇ ਪਰਿਵਾਰਾਂ ਦੇ ਘੱਟੋ ਘੱਟ 100 ਬੱਚਾ ਹੈ ਵਾਰਡ ਦੇ ਵਿੱਚ ਉਹ ਤੋਂ ਡਰਾਈਵਰ ਕਿਹੜਾ ਦੀ ਮਾੜੀ ਸ਼ਤਰਾਵ ਨਹੀਂ ਬੋਲ ਉਹ ਤੋਂ ਜੋ ਡਰਾਈਵਰ ਕਿਹੜਾ ਦੀ ਦੂਜਾ ਜਿਹੜਾ ਗਲਤ ਬੋਲਿਆ ਜਵਾਕ ਜਾਂ ਕਿੱਥੇ ਆ ਮੁੰਡਾ ਉਹ ਵੇ ਸਾਹਮਣੇ ਆਇਆ ਹੋਵੇ ਉਹ ਪਰਲੀ ਵੈਨ ਖੜੀ ਕਰਕੇ ਆਇਆ ਲੈ ਗਿਆ ਬੈਣ ਦੀ ਵੈਨ ਦੀ ਤੁਹਾਨੂੰ ਟੈਨਸ਼ਨ ਪੈ ਗਈ ਆ ਇਹਦਾ ਵੈਨ ਮੇਰੀ ਆ ਪਰ ਇਹ ਬੱਚਿਆਂ ਦੀ ਮਸੂਮ ਚਿੰਦਾ ਦੀ ਆਉਣ ਵਾਲੀ ਨਿੱਕੀ ਨਿੱਕੀ ਪਨੀਰੀ ਦੀ ਕੋਈ ਟੈਨਸ਼ਨ ਇਹਨਾਂ ਬੰਦਿਆਂ ਨੂੰ ਨਹੀਂ ਉਹ ਇੰਨਾ ਕਹਿ ਰਿਹਾ ਮੈਂ ਇੰਨਾ ਕੁਛ ਕੀਤਾ ਵਾ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਗੀ ਸਕੂਲ ਦਾ ਹਾਂ ਹਾਂ ਬਾਈ ਐਸ ਪਬਲਿਕ ਸਕੂਲ ਹੰਡਿਆਇਆ ਜੀ ਇਹ ਬੱਸ ਦੇ ਵਿੱਚ ਰਾਏਗੜ੍ਹ ਫਰਵਾਹੀ ਕੱਟੂ ਉਪਲੀ ਇਹ ਪਿੰਡਾਂ ਦੇ ਬੱਚੇ ਨੇ ਬੱਸ ਦੇ ਵਿੱਚ ਮੈਂ ਆਪ ਖੁਦ ਕੰਮ ਤੇ ਜਾਂਦਾ ਸੀਗਾ ਪਰ ਫਿਰ ਵੀ ਰਸਤੇ ਦੇ ਵਿੱਚ ਜਦੋਂ ਦੇਖਿਆ ਵੀ ਬੱਸ ਇਦਾਂ ਹੋ ਕਰ ਬਾਈ ਬੱਚਿਆਂ ਨੂੰ ਬਾਹਰ ਨਾ ਨਿਕਲਣ ਦਿਓ ਬੱਚਿਆਂ ਨੂੰ ਵਿੱਚ ਹੀ ਰੱਖੋ ਵੀ ਇਦਾਂ ਹੋ ਕਰ ਰਹੇ ਨੇ ਪਰ ਬੱਚਿਆਂ ਦਾ ਪੇਪਰ ਆਗਾ ਅੱਜ ਪਰ ਫਿਰ ਵੀ ਸਾਨੂੰ ਆਇਆ ਵੀ ਜਿੰਨਾ ਟਾਈਮ ਕੋਈ ਹੋਰ ਡਰਾਈਵਰ ਨਹੀਂ ਆਉਂਦਾ ਵੀ ਉਹਨਾਂ ਟਾਈਮ ਆਪਾਂ ਇਹ ਬੱਸ ਨਹੀਂ ਤੋਰਦੇ ਆ ਗਏ ਬਾਈ ਮੈਂ ਜਿਹੜਾ ਆਪਣਾ 97795545100 ਨੰਬਰ ਹੈ ਉਹ ਨੰਬਰ 'ਤੇ ਵੀ ਫੋਨ ਕਰਿਆ ਸੀਗਾ ਜਿਹੜਾ ਬਰਨਾਲੇ ਦਾ ਕੰਟਰੋਲ ਰੂਮ ਨੰਬਰ ਹੈ SSP ਸਾਹਿਬ ਬਰਨਾਲਾ ਨੇ ਦਿੱਤਾ ਪਿਆ ਸੋ ਬਾਈ ਬਹੁਤ ਗਲਤ ਡਰਾਈਵਿੰਗ ਹੈ ਤੋ ਸਾਰੇ ਆਪਣੇ ਮਾਪਿਆਂ ਨੂੰ ਬੇਨਤੀ ਹੈ ਵੀ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਚੜਾ ਦਿੰਦੇ ਹਾਂ ਹਨਾ ਸਕੂਲਾਂ ਦੇ ਵਿੱਚ ਇੰਨੀਆਂ ਇੰਨੀਆਂ ਫੀਸਾਂ ਦਿੰਦੇ ਹੈਗੇ ਇਹ ਅੱਜ ਅਸੀਂ ਬੱਸ ਘੇਰੀ ਹੈਗੀ ਇੱਥੇ ਜੀ ਸਿਨਮੇ ਦੇ ਕੋਲੇ ਜਿਹੜੀ ਫਰਵਾਹੀ ਤੋਂ ਬੱਸ ਆਉਂਦੀ ਹੈ ਮੈਂ ਬਾਈ ਵਿਸੋ ਮੋਟਰਸਾਈਕਲ ਆਇਆ ਉਹ ਬੋਲਟ ਮੋਟਰਸਾਈਕਲ ਖੜਾ ਮੇਰਾ ਮੈਂ ਹਜੇ ਨਾਲ ਰਲਾਈ ਰਿਹਾ ਇਦੋਂ ਅੱਗੇ ਆ ਕੇ ਦੋ ਬਾਈਆਂ ਨੇ ਘੇਰ ਲਿਆ ਉਹ ਨਿਕਲ ਗਏ ਬਾਈ ਹੁਰੀ ਹੋਰ ਹੁਣ ਉਹ ਪਹਿਲਾਂ ਹੈਗੇ ਮੇਰੇ ਕੋਲ ਵੀਡੀਓ ਬਣਾਈ ਵੀ ਉਹਨਾਂ ਦੀ ਪਹਿਲਾਂ ਤਾਂ ਇਹਦੇ ਵਿੱਚ ਕੀ ਹੁੰਦਾ ਜਿਹੜਾ ਸਾਰੇ ਬੱਚਿਆਂ ਨੂੰ ਸੈੱਟ ਸੂਟ ਕਰਕੇ ਭਾਉਂਦਾ ਕੀ ਉਹਨੂੰ ਕਹਿੰਦੇ ਅੰਗਰੇਜ਼ੀ ਕਨੈਕਟਰ ਹੈ ਨਹੀਂ ਅਜੇ ਨਾ ਉਹ ਹੈ ਨਹੀਂ ਕਨੈਕਟਰ ਗੱਡੀ ਫੜਾ ਨਾ ਨਾ ਬੱਸ ਦੇ ਵਿੱਚ ਕਨੈਕਟਰ ਆ ਆਪ ਖੜਾ ਉਧਰ ਦੇਖ ਲਓ ਸਾਈਡ ਤੇ ਖੜਾ ਘੂਰੀ ਜਾਂਦਾ ਹੈ ਵੀ ਉਹ ਹੈ ਵੱਡੇ ਭਾਈ ਅਸੀਂ ਤੈਨੂੰ ਐ ਨਹੀਂ ਕਹਿੰਦੇ ਹੈਗੇ ਵੀ ਤੇਰਾ ਕਸੂਰ ਹੈ ਹਾਂ ਪਰ ਜਿਹੜੀ ਤੁਹਾਡੀ ਡਰਾਈਵਿੰਗ ਚਲਾਉਣ ਦਾ ਤਰੀਕਾ ਉਹ ਗਲਤ ਹੈ ਇੰਨੀ ਗਲਤ ਯਾਰ ਮਤਲਬ ਕੋਈ ਨਾ ਗਲਤੀ ਹੋ ਗਈ ਉਹ ਗਲਤੀ ਨਹੀਂ ਭਾਈ ਇਹ ਛੋਟੇ ਛੋਟੇ ਬੱਚੇ ਨੇ ਯਾਰ ਤੂੰ ਛੋਟੇ ਛੋਟੇ ਬੱਚੇ ਨੇ ਮੈਂ ਮੰਨਦਾ ਇਹ ਛੋਟੇ ਛੋਟੇ ਬੱਚੇ ਨੇ ਮੈਂ ਮੰਨਦਾ ਵੀ
बस आ गई। हां जी असीं कंट्रोल रूम ते फोन करया सीगा, साडे पुलिस मुलाजम भी आ चुके ने सर, मैं फोन करे। हां जी सर ड्राइवर है जी, मैं फरवाही रोड तो इन्हां नूं फॉलो कर रहा जी। ਪਰਸਨਲ ਤੌਰ ਤੇ ਕਹੋ ਵੀ ਇਹ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਦੇਣ ਜੀ, ਕਿਉਂ ਪਹਿਲਾਂ ਦੇਖ ਲਓ ਲੌਂਗੋਵਾਲ ਦੇ ਵਿੱਚ ਗੱਡੀ ਨੂੰ ਅੱਗ ਲੱਗਣ ਵਾਲੀ ਕਿੰਨੀ ਵੱਡੀ ਘਟਨਾ ਹੋ ਗਈ ਸੀ ਜੀ, ਮਗਰ ਉਹਦੇ ਵਿੱਚ 50 ਜਵਾਕ ਬੈਠੇ। ਦੇਖੋ ਆਪਾਂ ਤਾਂ ਉਹਨਾਂ ਜਿਹੜੀ ਪੁਲਿਸ ਵਾਲਿਆਂ ਨੂੰ ਉਹੀ ਗੱਲ ਕੀਤੀ ਹੈ, ਜਿਹੜਾ ਬੱਸ ਦਾ ਜਿਹੜਾ ਮਾਲਕ ਹੈ ਉਹਨੂੰ ਵੀ ਇਹੀ ਗੱਲ ਕੀਤੀ ਹੈ। ਹਾਂਜੀ ਵੀ ਐ ਨੀ ਪਤਾ ਵੀ ਆਪਾਂ ਦੇਖੋ ਆਪਾਂ ਨਾ ਤਾਂ ਮੈਂ ਉਹਨੂੰ ਦੇਖਿਆ ਨਾ ਮੈਂ ਉਹਨੂੰ ਅੱਜ ਮੈਂ ਮਿਲੀ ਹਾਂ ਉਹਨੂੰ ਜੀ, ਠੀਕ ਹੈ ਨਾ। ਐ ਨੀ ਪਤਾ ਰਾਤੀ ਬੀਤੀ ਹੋਈ ਕਿ ਦਿਨੇ ਬੀਤੀ, ਮੈਨੂੰ ਇਸ ਚੀਜ਼ ਬਾਰੇ ਨੀ ਪਤਾ, ਲੇਕਿਨ ਜੋ ਵੀ ਕੀਤਾ ਇਹ ਗਲਤ ਹੈ। ਅੱਛਾ ਠੀਕ ਹੈ ਨਾ, ਲੇਕਿਨ ਉਹਨੂੰ ਬੱਸ ਵਾਲੇ ਨੂੰ ਜਿਹੜਾ ਜਿਹੜਾ ਮਾਲਕ ਹੈ ਉਹਨੂੰ ਕਹਿਤਾ ਵੀ ਇਹ ਬੰਦਾ ਸਾਡੇ ਕੋਲ ਹੋਵੇ ਨਾ ਸੰਧੀ ਕੇ ਨਾ, ਜੁਮੇਵਾਰ ਕੌਣ ਹੁੰਦਾ ਜੀ? ਸਕੂਲ ਮੈਨੇਜਮੈਂਟ ਹੁੰਦੀ, ਤੁਸੀਂ ਹੁੰਦੇ ਜਾਂ ਤੁਹਾਡਾ ਜਿਹੜਾ ਸੁਪਰਵਾਈਜ਼ਰ ਆ ਟਰਾਂਸਪੋਰਟ ਦਾ ਉਹ ਹੁੰਦਾ ਜਾਂ ਡਰਾਈਵਰ ਹੁੰਦਾ ਜੀ? ਟ੍ਰਾਂਸਪੋਰਟ ਜਿਹੜੀ ਪ੍ਰਾਈਵੇਟ ਹੈ ਜਿਹਦੀ ਬੱਸ ਹੈ, ਕੋਈ ਗੱਲ ਨੀ ਜੇ ਸਾਡੇ ਸਕੂਲ ਦੇ ਵਿੱਚ ਆਉਂਦੀ ਹੈ ਬੱਸ, ਇਹ ਜਿਹੜੀ ਸਾਡੇ ਸਕੂਲ ਚ ਆਉਂਦੀ ਹੈ ਤਾਂ ਇਹਨੇ ਸਾਡੇ ਸਕੂਲ ਚ ਚੱਲਣਾ। ਹਾਂਜੀ ਠੀਕ ਹੈ ਨਾ, ਕਿਉਂਕਿ ਉਹ ਸਾਡੇ ਸਕੂਲ ਦੇ ਬੱਚਿਆਂ ਨੂੰ ਜਾਣਦਾ ਹੋਊਗਾ, ਉਹ ਡਰਾਈਵਰ ਵੀ ਹੈ, ਗੱਡੀ ਵਾਲਾ ਵੀ ਹੈ, ਜਾਂ ਆਪਣਾ ਉਹ ਵੀ ਹੈ। ਇਹ ਜਿਹੜਾ 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 ਟ੍ਰਾਂਸਪੋਰਟਰ ਹੈ ਉਹ ਹੋਰ ਸਕੂਲਾਂ ਚ ਵੀ ਇਹਦੀਆਂ ਬੱਸਾਂ ਚੱਲਦੀਆਂ, ਜਿਹਦੀਆਂ ਗੱਡੀਆਂ ਕਿੰਨੀ ਹੈ ਇਹਦੀਆਂ। ਜ਼ਿੰਮੇਵਾਰੀ ਬਣਦੀ ਹੈ, ਅਸੀਂ ਬਿਲਕੁਲ ਕਰਦੇ ਹਾਂ। ਫਿਰ ਉਹਦੇ ਵਿੱਚ ਕੋਈ ਉਹਦੇ ਵਿੱਚ ਹੈਲਪਰ ਚਾਹੀਦਾ ਹੁੰਦਾ ਉਹ ਵੀ ਹੈ ਨੀ ਸੀ ਜੀ ਉਹਦੇ ਵਿੱਚ। ਤੁਸੀਂ ਚਾਹੇ ਨਾ ਸਕੂਲ ਦੇ ਵਿੱਚ ਆ ਕੇ ਕਾਗਜ਼ ਪੱਤਰ ਨੀ ਮੈਡਮ, ਮੈਂ ਤਾਂ ਜੋ ਉੱਥੇ ਦੇਖਿਆ ਨਾ, ਜੋ ਦੇਖ ਰਿਹਾ ਵੀਡੀਓ ਦੇ ਵਿੱਚ, ਮੈਂ ਤੁਹਾਨੂੰ ਉਹੀ ਸਵਾਲ ਕਰ ਰਿਹਾ ਜਿਹੜੇ ਲੋਕਾਂ ਨੇ ਗੱਲ ਕੀਤੀ ਉਹਦੇ ਵਿੱਚ, ਉਹਦੇ ਵਿੱਚ ਇੱਕ ਹੈਲਪਰ ਚਾਹੀਦਾ ਹੁੰਦਾ ਆ ਉਹ ਵੀ ਉਹਦੇ ਵਿੱਚ ਹੈ ਨੀ ਜੀ। ਇਹ ਤਾਂ ਅਸੀਂ ਹਰ ਇੱਕ ਚੀਜ਼ ਨੂੰ ਮੈਂ ਅਸੀਂ ਨੋਟ ਕਰਦੇ ਹਾਂ, ਮੈਂ ਸਾਨੂੰ ਪਤਾ ਹੈ, ਔਰ ਅਸੀਂ ਗੱਲ ਵੀ ਕਰਦੇ ਹਾਂ, ਅਸੀਂ ਦੱਸਿਆ ਵੀ ਆ ਉਹਨਾਂ ਨੂੰ, ਹਰ ਇੱਕ ਦੀ ਮੀਟਿੰਗ ਕਰਕੇ ਵੀ ਗੱਲ ਕਰਦੇ ਹਾਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ। ਪਰ ਨਹੀਂ ਹੋ ਰਹੀ, ਪਰ ਹੋ ਗਿਆ ਨਾ ਮੈਡਮ ਜੀ, ਹਾਦਸਾ ਹੋ ਜਾਂਦਾ। ਬਸ ਸਵਾਲ ਇਹੀ ਆ ਜੀ, ਹਾਦਸਾ ਹੋ ਜਾਂਦਾ, ਜ਼ਿੰਮੇਵਾਰ ਮੈਨੇਜਮੈਂਟ ਹੁੰਦੀ, ਤੁਸੀਂ ਹੁੰਦੇ ਜਾਂ ਕੌਣ ਹੁੰਦਾ ਜੀ? ਦੇਖੋ ਆਪਾਂ ਐ ਨੀ, ਮੈਂ ਗੱਲ ਕਰਦੀ, ਮੈਂ ਕਹਿੰਦੀ ਇਹ ਮਿਸਅਪ ਜਿਹੜੀ ਇਹ ਹੋਇਆ, ਇਹ ਮਦਭਾਗੀ ਹੈ ਵੈਸੇ ਤਾਂ। ਹਾਂਜੀ, ਮੈਨੂੰ ਹਾਲੇ ਐ ਨੀ ਪਤਾ ਵੀ ਮੈਂ ਉਹਨੂੰ ਬੰਦੇ ਨੂੰ ਮਿਲੀ ਨੀ ਹਾਲੇ, ਜਿਹਦੀਆਂ ਬੱਸਾਂ ਹੈ, ਮੈਂ ਉਹਨੂੰ ਲੇਕਿਨ ਆਏ ਫੋਨ ਤੇ ਮੈਂ ਗੱਲ ਕੀਤੀ ਹੈ ਵੀ ਇਹ ਜਿਹੜਾ ਅੱਜ ਹੋਇਆ, ਇਸ ਤੋਂ ਬਾਅਦ ਮੈਨੂੰ ਇਹ ਤੇਰਾ ਜਿਹੜਾ ਡਰਾਈਵਰ ਜਾਂ ਹੋਰ, ਔਰ ਮੈਂ ਜਿਹੜਾ ਆਪਣਾ ਪੁਲਿਸ ਵਾਲੇ ਉਹ ਸੀਗੇ ਗੁਰਮੇਲ ਜੀ, ਮੈਂ ਉਹਨਾਂ ਨੂੰ ਵੀ ਇਹੀ ਗੱਲ ਕੀਤੀ ਹੈ ਅਸੀਂ ਵੀ ਐਂ ਵੀ ਉਹਨੂੰ ਇਹਨੂੰ ਇਸ ਪੈਸੇ ਜਿਹੜੀ ਇਹਨੂੰ ਇੰਸਟਰਕਸ਼ਨ ਦੇਣੀ ਹੈ, ਚਾਹੇ ਆਪਣੇ ਵੱਲੋਂ ਦੇ ਦੋ, ਅਸੀਂ ਤਾਂ ਕਹਿ ਹੀ ਦਿੱਤਾ ਵੀ ਨਾ ਤਾਂ ਅਸੀਂ ਗੱਡੀ ਵਾਲੇ ਨੂੰ ਜਿਹੜਾ ਡਰਾਈਵਰ ਜਿਹੜਾ ਜਿਹਦੀ ਬੱਸ ਹੈ ਉਹਨੂੰ ਕਹਿਤਾ ਵੀ ਸਾਨੂੰ ਇਹ ਡਰਾਈਵਰ ਬੰਦਾ ਚਾਹੀਦਾ ਨੀ, ਸਾਨੂੰ ਵਧੀਆ ਬੰਦਾ ਸਾਨੂੰ ਦਿਖਾ ਦੇ ਇੱਕ ਵਾਰ, ਸਾਨੂੰ ਟੈਸਟ ਕਰਾ ਕੇ ਦਿਖਾ ਵੀ ਹਾਂ ਵੀ ਇਹ ਨਹੀਂ ਕੋਈ ਡਰਿੰਕ ਕਰਦਾ ਜਾਂ ਇਹ ਨਸ਼ਾ ਨਹੀਂ ਕਰਦਾ ਕੋਈ।
ਇੱਥੇ ਮੈਡਮ ਤੁਹਾਡੇ ਇੱਕ ਗੱਲ ਹੋਰ ਤੁਹਾਡੇ ਧਿਆਨ ਚ ਲਿਆਦਾਵਾਂ ਤੁਹਾਡੇ ਸਕੂਲ ਦੀ ਪਹਿਲੀ ਘਟਨਾ ਨਹੀਂ ਹੈਗੀ ਇਹ ਇੱਕ ਵਾਰੀ ਕਚਹਿਰੀ ਚੌਂਕ ਦੇ ਕੋਲ ਐਕਸੀਡੈਂਟ ਵੀ ਹੋਇਆ ਸੀਗਾ ਤੁਹਾਡੀ ਹੀ ਬੱਸ ਸੀ ਇੱਕ ਵਾਰ ਧਨੌਲੇ ਜਿੱਥੇ ਨਾਲ ਆਇਆ ਇੱਥੇ ਬੱਸ ਦੇ ਬ੍ਰੇਕ ਫੇਲ ਹੋ ਗਏ ਸੀਗੇ ਤੇ ਉਦੋਂ ਵੀ ਐਵੇਂ ਹੋ ਗਿਆ ਸੀ ਉਦੋਂ ਵੀ ਇੱਦੀ ਗੱਲ ਕਹੀ ਗਈ ਸੀ ਮੋਟਰ ਚੱਲਦੀ ਚੱਲਦੀ ਉਹਦੇ ਵੀ ਕੁਛ ਵੀ ਹੋ ਸਕਦਾ ਵਹੀਕਲ ਹੈ ਜੀ ਇਹ ਤੁਹਾਡੇ ਸਕੂਲ ਨਾਲ ਹੀ ਐਵੇਂ ਕਿਉਂ ਹੁੰਦੀਆਂ ਨੇ ਘਟਨਾਵਾਂ ਜੀ ਹੋਰ ਤਾਂ ਕਿਸੇ ਦੇ ਨਾਲ ਕੋਈ ਇੱਦਾਂ ਦੀ ਆਉਂਦੀ ਨਹੀਂ ਜੀ हर एक बच्चे पढ़ाना जिम्मेवारी भी बनती है ना अगले बच्चे बसा वध ने अगले फीसा भी दे रहे ने मैडम असि पूरा एक्शन लेने हर एक ਅਸੀਂ ਐਂ ਨੀ ਵੀ ਜੇ ਸਕੂਲ ਦੇ ਵਿੱਚ ਐਂਟਰੀ ਹੈ ਜਾਂ ਤੁਸੀਂ ਹੁਣ ਜਿਵੇਂ ਸੈਨੀਟਾਈਜ਼ਰ ਦਾ ਸੀ ਹੋਰ ਸੀ ਜਾਂ ਕੁਛ ਵੀ ਹੈ ਜਦ ਅਸੀਂ ਉਹਨਾਂ ਚੀਜ਼ਾਂ ਦਾ ਪੂਰਾ ਧਿਆਨ ਰੱਖ ਸਕਦੇ ਹਾਂ ਤਾਂ ਇਹ ਤਾਂ ਸਾਡੇ ਲਈ ਮਾਈਨਰ ਚੀਜ਼ ਹੈ ਮਾਈਨਰ ਬਾਰ ਬਾਰ ਹੁਣ ਪਹਿਲੀ ਵਾਰ ਨੀ ਨਾ ਹੋਇਆ ਫਿਰ ਲਗਾਤਾਰ ਹੋ ਰਹੇ ਨੇ ਤੁਹਾਡੇ ਹੀ ਸਕੂਲ ਨਾਲ ਕਿਉਂ ਹੋ ਰਹੇ ਨੇ ਕਿਤੇ ਨਾ ਕਿਤੇ ਤਾਂ ਕੋਈ ਮੈਨੇਜਮੈਂਟ ਦੇ ਵਿੱਚ ਕਮੀ ਹੈਗੀ ਹੈ ਨਾ ਜਾਂ ਕੋਈ ਜਿਹੜੀ ਤੁਹਾਡੀ ਕਾਰਗੁਜ਼ਾਰੀ ਆ ਆਪਾਂ ਤਾਂ ਬੰਦੇ ਰੱਖੇ ਹੋਏ ਆ ਮੈਨੇਜਮੈਂਟ 'ਚ ਤਾਂ ਦੇਖੋ ਇਹ ਨਹੀਂ ਹੋਣਾ ਚਾਹੀਦਾ ਲੇਕਿਨ ਜੇ ਤੁਸੀਂ ਦੱਸਿਆ ਮੈਨੂੰ ਦੇਖੋ ਕਈ ਵਾਰ ਆਉਂਦਾ ਵੀ ਸਾਨੂੰ ਹਰ ਇੱਕ ਚੀਜ਼ ਦਾ ਐਨੀ ਵੀ ਨਹੀਂ ਪਤਾ ਉੱਥੇ ਗੱਡੀ ਹੋਈ ਤਾਂ ਉਦੋਂ ਵੀ ਸਾਨੂੰ ਪਤਾ ਇੱਥੇ ਹੋਇਆ ਤਾਂ ਵੀ ਪਤਾ ਠੀਕ ਹੈ ਨਾ ਫਿਰ ਅਸੀਂ ਉਹ ਬੰਦੇ ਨੂੰ ਨਾ ਤਾਂ ਰੱਖੀਏ ਨਾ ਹੋਰ ਜੇ ਕੋਈ ਨਾ ਕੋਈ ਗੱਡੀ ਦੇ ਵਿੱਚ ਕੋਈ ਨਾ ਕੁਛ ਮੈਨੂੰ ਨਹੀਂ ਪਤਾ ਵੀ ਇਸ ਚੀਜ਼ ਦੇ ਵਿੱਚ ਕੀ ਹੁੰਦਾ ਲੇਕਿਨ ਜਦੋਂ ਟਰਾਂਸਪੋਰਟਰ ਬੰਦੇ ਰੱਖੇ ਹੋਏ ਆ ਦੂਜੇ ਰੱਖੇ ਹੋਏ ਵੀ ਉਹ ਚੈੱਕ ਕਰਦੇ ਆ ਔਰ ਈਵਨ ਇਹ ਤੁਹਾਡਾ ਤੁਹਾਡਾ ਇੱਕ ਹੈਲਪਰ ਹੋਣਾ ਚਾਹੀਦਾ ਨਾਲ ਚਲੋ ਇਸੇ ਵਾਸਤੇ ਹੁੰਦਾ ਨਾ ਵੀ ਚਲੋ ਵੀ ਡਰਾਈਵਰ ਨੂੰ ਕੋਈ 19-21 ਹੋ ਜਾਏ ਜਾਂ ਕੋਈ ਹੈਲਪ ਦੀ ਲੋੜ ਪਵੇ ਤਾਂ ਉਹ ਸਾਂਭ ਲਵੇ ਮੌਕਾ ਉਹ ਵੀ ਤੁਹਾਡਾ ਹੈ ਨਹੀਂ ਵਿੱਚ ਉਹਦੇ ਬੱਸ ਦੇ ਵਿੱਚ ਆਪਣੇ ਘਰ ਤੋਂ ਚੱਲੀ ਆ ਕਿਸੇ ਨੂੰ ਕੀ ਪਤਾ ਜਦੋਂ ਮੈਂ ਸਕੂਲ ਚ ਪਹੁੰਚੀ ਆ ਤਾਂ ਹੀ ਪਤਾ ਲੱਗੂ ਨਾ ਵੀ ਸਕੂਲ ਚ ਪਹੁੰਚੀ ਆ ਮੈਂ ਮੈਡਮ ਜੀ ਇਹ ਆਪਣੀ ਗੱਲ ਨੀ ਨਾ ਹੈਗੀ ਬੱਚਿਆਂ ਦੀ ਗੱਲ ਹੈ ਜੀ ਨਹੀਂ ਮੈਂ ਬੱਚਿਆਂ ਦੀ ਸਾਨੂੰ ਤਾਂ ਹੁਣ ਜਿਹੜੇ ਆਪਾਂ ਇਹ ਲੌਜਿਕ ਦੇ ਰਹੇ ਹਾਂ ਜੀ ਇਹ ਬੱਚਿਆਂ ਦੀ ਜਾਨ ਤੋਂ ਕੀਮਤੀ ਨਹੀਂ ਹੈਗੇ ਭੈਣ ਜੀ ਨਹੀਂ ਨਹੀਂ ਬੱਚਿਆਂ ਤੋਂ ਬੱਚੇ ਘੁਮਾ ਲਿਆ ਦੂਸਰੀ ਗੱਲ ਕੀ ਕਰਦੇ ਆ ਬੱਚੇ ਤਾਂ ਮੈਂ ਸਾਨੂੰ ਜਾਨਾ ਵੱਧ ਪਿਆਰੇ ਆ ਹਾਂਜੀ ਐ ਨੀ ਇਹਨਾਂ ਵਾਸਤੇ ਅਸੀਂ ਕਦੇ ਵੀ ਇਹ ਚੀਜ਼ ਦਾ ਉਹ ਨੀ ਰੱਖਿਆ ਉਹਨਾਂ ਨੂੰ ਉਹਨਾਂ ਆ ਕੀਤਾ ਹੋਵੇ ਸ਼ਹਿਰ ਦਾ ਸਭ ਤੋਂ ਟੌਪ ਦੇ ਸਕੂਲ ਸਭ ਤੋਂ ਮਹਿੰਗੇ ਸਕੂਲਾਂ ਦੇ ਵਿੱਚ ਤੁਹਾਡਾ ਸਕੂਲ ਆਉਂਦਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਮੈਂ ਤਾਂ ਮੈਨੇਜਮੈਂਟ ਨੂੰ ਸਮਝਦਾ ਜੀ ਨਿੱਜੀ ਤੌਰ ਤੇ ਮੈਂ ਦੇਖੋ ਪਰ ਮੈਂ ਕਹਿ ਨਹੀਂ ਸਕਦਾ ਕਿਉਂਕਿ ਇਸ ਟਾਈਮ ਮੈਂ ਤੁਹਾਡੇ ਵਰਤਨ ਤੁਹਾਡਾ ਪੱਖ ਜਾਣਦੇ ਹਾਂਜੀ ਭੈਣ ਜੀ ਇੱਕ ਮਿੰਟ ਵਿਕਰਮ ਜੀ ਮੈਂ ਬੱਸ ਵਾਲੇ ਨਾਲ ਗੱਲ ਕਰ ਰਹੀ ਹਾਂ ਸੁਣ ਲਓ ਹਾਂਜੀ ਮੈਂ ਦੇਖੋ ਹੁਣ ਸਾਰੇ ਪ੍ਰੈਸ ਵਾਲੇ ਮੇਰੇ ਨਾਲ ਗੱਲ ਕਰ ਰਹੇ ਆ ਵੀ ਤੁਹਾਡੀ ਕੀ ਜ਼ਿੰਮੇਵਾਰੀ ਆ ਅਸੀਂ ਆਪਾਂ ਚੈੱਕ ਨਹੀਂ ਕਰਦੇ ਮੈਂ ਅਸੀਂ ਇਹ ਜੇ ਤੇਰੇ ਜੇ ਨਾ ਉਹਨੇ ਕੰਡਕਟਰ ਰੱਖਿਆ ਜੋ ਕਹਿੰਦੇ ਤੁਹਾਡੇ ਨਾਲ ਬੰਦਾ ਵੀ ਨਹੀਂ ਸੀ ਉਹਦੇ ਨਾਲ ਕੋਈ ਜੀ ਨਹੀਂ ਉਹੀ ਤਾਂ ਗੱਲ ਆ ਨਾ ਹੁਣ ਵੀ ਆਪਾਂ ਦੇਖੋ ਬੱਚਿਆਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਬੱਚਿਆਂ ਦਾ ਮਾਮਲਾ ਹੈ ਇੱਥੇ ਕੋਈ ਵੀ ਸਮਝ ਲਓ ਆਪਾਂ ਕੋਈ ਚੀਜ਼ ਮਾਫ਼ ਕਰਨ ਵਾਲੀ ਇਹਨਾਂ 'ਚੋਂ ਹੈ ਨਹੀਂ ਠੀਕ ਹੈ ਨਾ ਹੁਣ ਐਂ ਵੀ ਉਹਨਾਂ ਨੂੰ ਕਿਸੇ ਆਪਾਂ ਆਪਾਂ ਇੰਨਾ ਬੋਲਦੇ ਹਾਂ ਇੰਨਾ ਕੁਛ ਕਹਿੰਦੇ ਹਾਂ ਸਾਰੇ ਤੁਹਾਨੂੰ ਸ਼ਰਮ ਆਉਂਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਕਿ ਫਿਰ ਬੁਲਾਉਣ ਲੱਗੇ ਵੀ ਮੈਂ ਸਾਰੇ ਡਰਾਈਵਰਾਂ ਬੁਲਾਈ ਸਾਰੇ ਗੱਡੀਆਂ ਵਾਲਿਆਂ ਬੁਲਾਈ ਜਾਂਦੀ ਹਾਂ ਬਾਰ ਬਾਰ ਟਰਾਂਸਪੋਰਟ ਵਾਲਿਆਂ ਨੂੰ ਕਹੀ ਜਾਂਦੀ ਹਾਂ ਹੈ ਨਾ ਤੁਹਾਨੂੰ ਵੀ ਬਾਰ ਬਾਰ ਮੈਂ ਕਹਿੰਦੀ ਹਾਂ ਵੀ ਸਾਡੇ ਕੋਲ ਬੰਦੇ ਮੇਰੇ ਚਾਹੀਦੇ ਆ ਪੁਰਾਣੇ ਬੰਦੇ ਆ ਮੈਂ ਥੋੜੇ ਦਿਨ ਬਾਅਦ ਮੀਟਿੰਗ ਰੱਖਦੀ ਹਾਂ ਮੈਨੂੰ ਆਉਂਦਾ ਵੀ 8 ਦਿਨ 'ਚ ਮੈਨੂੰ ਇੱਕ ਵਾਰ ਸਾਰੇ ਡਰਾਈਵਰ ਮਿਲਣ ਹੈ ਨਾ ਅੱਛਾ ਕੰਡਕਟਰ ਆ ਹੋਰ ਅੱਜ ਫਿਰ ਇਹ ਕੰਡਕਟਰ ਤਾਂ ਹੀ ਲੈ ਗਿਆ ਜਦ ਇਹਨੇ ਬੀਤੀ ਹੋਊਗੀ ਹੈ ਹੈਲੋ ਹੈਲੋ ਗੁਰਮੇਲ ਹੈਲੋ ਉਹਨੂੰ ਦੇਖ ਇੱਕ ਤਾਂ ਬੰਦਾ ਨਾ ਆਵੇ ਹੈ ਨਾ ਆਪਣੀ ਜਿਹੜੀ ਦੂਜੀਆਂ ਬੱਸਾਂ